ਜੰਡਿਆਲਾ ਗੁਰੂ ਦੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਸੁਰਜੀਤ ਸਿੰਘ ਕੰਗ ਦੇ ਸ਼ੈਲਰ ਵਿੱਚ ਅਕਾਲੀ ਦਲ ਦੀਆਂ ਨੀਤੀਆਂ ਦੀ ਮਾੜੀ ਸੋਚ ਤੋਂ ਤੰਗ ਆ ਗਏ। ਅਕਾਲੀ ਦਲ ਨੂੰ ਛੱਡ ਕੇ 70 ਆੜਤੀ ਅਤੇ ਹੋਰ ਸਾਥੀਆਂ ਬਲਦੇਵ ਸਿੰਘ ਭਾਗੋਵਾਲ, ਮਹਿੰਦਰ ਸਿੰਘ ਛੱਜਲ ਵੰਡੀ ਚੇਅਰਮੈਨ ਮਾਰਕੀਟ ਕਮੇਟੀ ਰਹੀਆ, ਗੁਰਦਿਆਲ ਸਿੰਘ ਬਿੱਟੂ ਆੜਤੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਅਕਾਲੀ ਦਲ ਦੇ ਵਿਕਾਸ ਕਾਰਜਾਂ ਤੋਂ ਕੀ ਕਰੀਏ ਅਗਰ ਸਾਡੀਆਂ ਪੀੜ੍ਹੀਆਂ ਹੀ ਨਸ਼ੇ ਦੇ ਦਲ ਵਿੱਚ ਫਸੀਆਂ ਰਹੀਆਂ। ਬਾਦਲ ਸਰਕਾਰ ਨਸ਼ਾ ਖਤਮ ਕਰਨ ਦੀ ਬਜਾਏ ਨਸ਼ਾ ਵੇਚਣ ਵਾਲਿਆਂ ਨੂੰ ਸ਼ਹਿ ਦੇ ਰਹੀ ਹੈ। ਲੋਕ ਆਪਣੇ ਬੱਚਿਆਂ ਨੂੰ ਜਵਾਨੀ ਬਚਾਉਣ ਲਈ ਪੰਜਾਬ ਇਹ ਸਾਰੇ ਧਰਮਾਂ ਦਾ ਸਾਂਝਾ ਸਥਾਨ ਹੈ, ਸਾਰੇ ਧਰਮਾਂ ਵੱਲ ਇਕੱਠਾ ਵੇਖਦਾ ਹੈ। ਇਸ ਕਰਕੇ ਮੈਂ ਸਮਝਦਾ ਕਿ ਜਿੰਨਾ ਚਿਰ ਕਾਂਗਰਸ ਦੀ ਕਮਾਨ ਇਹ ਸੋਨੀਆ ਗਾਂਧੀ ਦੇ ਪਰਿਵਾਰ ਤੋਂ ਰਹੀ, ਇੰਦਰਾ ਗਾਂਧੀ ਦੇ ਪਰਿਵਾਰ ਤੋਂ ਰਹੀ, ਇਹ ਅਕਾਲ ਪੁਰਖ ਵੀਰੋ ਬਖਸ਼ਣ ਵਾਲਾ ਨਹੀਂ, ਇਹਨੇ ਬਖਸ਼ਣਾ ਨਹੀਂ। ਇਹ ਨਾ ਚਾਹੁਣ ਜਾਂ ਇਹ ਨਾ ਚਾਹੋ ਕਿ ਅੱਜ ਕਿਤੇ ਕਾਂਗਰਸ ਦਾ ਜ਼ੋਰ ਹੈ, ਮਾਲੇ ਵਿੱਚੋਂ ਕੋਈ ਤਕਰੀਬਨ 55-60 ਸੀਟਾਂ ਤੁਹਾਨੂੰ ਮਾਲੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਆਉਣੀ ਹੈ। ਸਰਕਾਰ ਤਾਂ ਮਾਲੇ ਨੇ ਬਣਾ ਦੇਣੀ ਹੈ ਤੇ ਜੰਡਿਆਲਾ ਹਲਕਾ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਧ ਸੀਟਾਂ ਦੇ ਨਾਲ ਜਿਹੜੀਆਂ ਜਿੱਤਣ ਵਾਲੀਆਂ ਦੋਵੇਂ ਸੀਟਾਂ ਹੋਣਗੀਆਂ। ਜੰਡਿਆਲਾ ਗੁਰੂ ਤੋਂ ਕਵਲਜੀਤ ਸਿੰਘ ਅਤੇ ਸੁਖਜਿੰਦਰ ਸਿੰਘ, ਜੀਵੇ ਪੰਜਾਬ ਲਈ।